ਤੇ ਕੁੱਕੜ ਹੋਇਆ ਵੀ ਉਹ ਵਜਨ ਤੂੰ ਫਰ ਕਹਿੰਦਾ ਗੱਲ ਸੁਣ ਭਾਬੀਏ ਨੀ ਹੋਈ ਤੂੰ ਬਸ਼ਰਮ ਕਿਉਂ ਬੇਹਿਸਾਬੀਏ ਨੀ ਨਸ਼ਾ ਤੈਨੂੰ ਬੜਾ ਕੁੱਕੜ ਦੀ ਹੂਕਦਾ ਉਹ ਨੱਕ ਆਥੇ ਘੋੜਾ ਸੁੱਚੇ ਨੇ ਬੰਦੂਕਦਾ ਨੀ ਜਿਹੜੇ ਕੁੱਕੜ ਦਾ ਸੀ ਤੂੰ ਨੇ ਕਮਾਂਦੀ ਸੱਥ ਵਿੱਚ ਪਈਆ ਲਾਸ਼ ਖੱਬੀ ਖਾਂਦੀ ਉਹ ਵੀਰੋ ਮਲ ਕੁੱਕੜ ਨੂੰ ਮਾਰ ਸੂਰਮਾ ਉਹ ਚੜਦਾਰਾ ਹੋ ਗਿਆ ਫਲਾਨ ਸੂਰਮਾ ਉਹ ਕਿੱਥੇ ਆ ਲਾ ਦੋ ਤਾੜੀ ਕਹਿੰਦਾ ਬਾਬੇ ਗੱਲ ਸੁਣਿਓ ਕਿਆ ਜੱਟ ਦੀ ਅਕਲ ਵੇਚ ਕੇ ਫਸਲ ਤੇ ਲੈ ਰਫਲ ਕਰ ਗਿਆ ਕਤਲ ਜੀਰਾਂ ਨੂੰ ਪੰਗਾ ਪੁਲਿਸ ਦਾ ਦਖਲ ਪਛਾਣੀ ਸ਼ਕਲ ਤੇ ਰਹਿ ਗਈ ਚੱਪਲ ਗਵਾਹੀ ਅਸਲ ਦੇ ਗਿਆ ਬੰਦਾ ਮੈਂ ਗੱਲਾਂ ਇਸ ਕਰਕੇ ਗਾ ਰਿਹਾ ਕਿ ਕੱਲੀ ਕੱਲੀ ਗੱਲ ਤੁਹਾਡੇ ਤੱਕ ਪਹੁੰਚੇ ਇਹ ਗੱਲ ਚਰਨ ਲਿਖਾਰੀ ਦੀ ਕਲਮ ਤੋਂ ਜਦੋਂ ਸਿਆਣੇ ਕਹਿੰਦੇ ਆ ਘਰ ਦੇ ਕਿਸੇ ਮੋਹਤਬਾਰ ਤੋਂ ਕਤਲ ਹੋ ਜੇ ਉਹਦੇ ਜੇਲ੍ਹ ਜਾਣ ਪਿੱਛੋਂ ਘਰ ਦਾ ਸਾਰਾ ਹਾਲਾਤ ਵਿਗੜ ਜਾਂਦੇ ਆ ਕਦੀ ਕਦੀ ਗੱਲ ਬਾਬਿਓ ਗੌਰ ਨਾਲ ਸੁਣਿਓ ਕਿਸੇ ਬੰਦੇ ਦੇ ਜੇਲ੍ਹ ਜਾਣ ਤੋਂ ਬਾਅਦ ਉਹਦੇ ਘਰਦਿਆਂ ਦਾ ਕੀ ਹਾਲ ਹੁੰਦਾ ਬਾਬਿਓ ਕਿ ਸਿਰ ਦੀ ਸੱਟ ਤੇ ਹਿੱਲਿਆ ਲੱਕ ਸੁੱਕੜ ਕੇ ਪੱਤ ਤੇ ਟੁੱਟੀ ਲੱਤ ਨਾ ਰਵੇ ਨਰੋਈ ਧੀਹਾਂ ਦੀ ਚੁੱਪ ਤੇ ਖੁੱਲੀ ਗੁੱਤ ਤੇ ਅਮਲੀ ਪੁੱਤ ਉਹਨੂੰ ਦੀ ਕੁੱਖ ਹਰੀ ਨਾ ਹੋਈ ਉਹ ਨਰਦ ਸੀ ਬਣੀ ਪੰਜ ਨਾ ਪੜੀ ਕਿਸੇ ਨਾ ਖੜੀ ਤੇ ਰਹਿ ਗਈ ਛੜੀ ਉਮਰ ਪੁਰਾਣੀ ਚੁੰਨੇ ਤੇ ਘੜੀ ਤੇਰੇ ਜਿਹੜੇ ਚ ਸੜੀ ਭਾਬੋ ਨਾ ਫੜੀ ਪਲੰਗ ਤੇ ਚੜੀ ਸ਼ਹਿਰ ਦੀ ਸ਼ਾਨ ਕਹਿੰਦੇ ਪੁਰਾਣੇ ਵੇਲਿਆਂ ਚ ਜਿਹੜੀਆਂ ਕੁੜੀਆਂ ਘੱਟ ਪੜੀਆਂ ਹੁੰਦੀਆਂ ਸੀ ਵਿਆਹ ਲੇਟ ਹੁੰਦੇ ਸੀ ਤੇ ਕੋਈ ਸ਼ਹਿਰ ਦੀ ਜੰਮੀ ਪਲੀ ਪਿੰਡ ਜਾ ਗਈ ਉਹਨੂੰ ਉਹਦੀ ਸੱਸ ਕਹਿੰਦੀ ਆ ਕੁੜੇ ਕੜੀ ਦਾ ਲਾ ਦੇ ਕਹਿੰਦੀ ਮੰਮਾ ਜੇ ਤੂੰ ਉਬਲ ਰਹੀ ਹੈ ਕਹਿੰਦੀ ਜੇ ਤੂੰ ਨਾ ਲਾਈ ਤੇ ਪਤੀਲੀ ਕਿਤੇ ਹੋਰ ਹੀ ਜਾਂਦੀ ਸੋ ਪਿੰਡਾਂ ਵਾਲਿਆਂ ਦੀ ਗੱਲ ਕਹਿੰਦਾ ਕਿਆ ਮਾੜੇ ਦੀ ਛੱਤ ਚੁੰਦੀ ਏ ਝੱਟ ਬਈ ਲੱਪੋ ਲੱਪ ਕਿਰਲੀਆਂ ਸੱਪ ਵਿੱਚ ਨੇ ਰਹਿੰਦੇ ਪੈ ਗਿਆ ਮੀਂਹ ਪੈ ਗਈ ਮੀਂਹ ਮਰ ਗਿਆ ਸੀ ਜਿਵੇਂ ਘਰ ਕੀ ਲੋਕ ਨੇ ਕਹਿੰਦੇ ਇਹ ਦੁਨੀਆਦਾਰੀ ਬੜੀ ਹੀ ਮਾੜੀ ਕਿ ਅੱਜ ਦੀ ਯਾਰੀ ਵਜਾਉਂਦੀ ਤਾੜੀ ਮਖੌਲਾਂ ਕਰਦੀ ਓਏ ਮੂੰਹ ਦੀ ਚੰਗੀ ਦਿਲੋਂ ਹੈ ਗੰਦੀ ਬੋਲਦੀ ਮੰਦੀ ਤੇ ਕਰਦੀ ਭੱਜੀ ਵਿੱਚੋਂ ਵਿੱਚ ਸਰਦੀ ਮੈਂ ਗੱਲ ਕਰਦਾ ਹੁੰਦਾ ਕਿ ਪਿੱਛੇ ਜੇ ਪੰਜਾਬ 'ਚ ਦੌਰ ਚੱਲਿਆ 90% ਕਲਾਕਾਰ ਨੇ ਜੋਲ ਸਾਹਿਬ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਡਾਲਰਾਂ ਦੀ ਬਰਸਾਤ ਹੋਈ ਸਾਰੀ ਰਾਤ ਭੇਜਦੇ ਰਹੇ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਮੈਂ ਗੱਲ ਕਰਦਾ ਸੀ ਕਿ ਪਿੱਛੇ ਜੇ ਐਸਾ ਦੌਰ ਚੱਲਿਆ ਪੰਜਾਬ 'ਚ 90% ਕਲਾਕਾਰਾਂ ਨੇ ਜ਼ਮੀਨਾਂ ਵੇਚ ਵਿੱਚ ਕੈਸਟਾਂ ਕਰਾ ਲਈ ਪੰਜਾਬ ਪੰਜਾਬੀ ਦੇ ਇੱਕ ਬਹੁਤ ਮਸ਼ਹੂਰ ਕਲਾਕਾਰ ਆ ਲਿਸ ਪੂਜਾ ਜੀ ਰਿਸਪੈਕਟ ਉਹਨਾਂ ਦੇ ਨਾਲ ਉਹ ਹਰ ਕਲਾਕਾਰ ਨੂੰ ਇਹ ਲੱਗਦਾ ਸੀ ਕਿ ਖੌਰੇ ਅੱਜ ਕੈਸਟ ਕੱਢਾਂਗੇ ਕੱਲ੍ਹ ਨੂੰ ਸਟਾਰ ਬਣ ਜਾਂਗੇ ਉਹਦੇ ਤੇ ਪਹਿਲਾਂ ਵਿਅੰਗ ਸੁਣ ਲਓ ਫਿਰ ਗੱਲ ਸੁਣਾਉਂਦਾ ਕਹਿੰਦਾ ਕਿ ਕੁੜੀ ਐ ਮੀਨੀ ਸੱਪਾਂ ਵਿੱਚ ਸੀਨੀ ਪਿਆਂਦੇ ਪੀਣੀ ਬਠਿੰਡਾਰੀ ਦੀ ਖੜਕਣੀ ਰੂਦਾ ਸੀ ਠੇਠ ਸੜਕ ਤੇ ਖੇਤ ਸਾਰੇ ਹੀ ਵੇਚ ਕਰਾ ਲਈ ਤੇ ਮਿਲੀ ਨਾ ਪੂਜਾ ਉਹ ਕਹਿੰਦਾ ਹੁਣ ਤਾਂ ਆਤੀ ਆ ਚੌਥੇ ਕਿਤੇ ਆਉਂਦਾ ਕਹਿੰਦਾ ਉੱਠੋ ਜੀ ਤੁਹਾਡੀ ਜਾਨ ਗੁੱਡ ਮਾਰਨਿੰਗ ਕਹੀਦੀ ਆ ਉਹ ਪਤੰਦਰਾਂ ਨੇ ਜ਼ਮੀਨਾਂ ਮੇਰੀ ਮੇਰੀ ਗੈਸਟ ਨਹੀਂ ਸਾਡੇ ਪਿੰਡ ਇੱਕ ਕਲਾਕਾਰ ਪਾਗਲ ਹੋ ਗਿਆ ਸੋ ਇਸ ਕਰਕੇ ਹਰ ਇੱਕ ਚੀਜ਼ ਦੀ ਇੱਕ ਵੇਚ ਜ਼ਰੂਰੀ ਹੈ ਮਿਹਨਤ ਜ਼ਰੂਰੀ ਹੈ ਕੇ ਸ਼ਾਹ ਦੀ ਲੁੱਟ ਪੁਲਿਸ ਦੀ ਕੁੱਟ ਤੇ ਖੱਚਰੀ ਮੱਛੂ ਪਏ ਮੀਣਾ ਜੁੱਟ ਬੁਰੇ ਨੇ ਭਾਲੇ ਹੈ ਲੱਗ ਜੀ ਤੋਰ ਤੇ ਪੱਕਾ ਚੋਰ ਕਲਹਿਰੀ ਮੋਰ ਕੋਈ ਨਾ ਹੋਰ ਪੈਰਾਂ ਤੋਂ ਕਾਲੇ ਕਲਾਕਾਰ
थैंक यू मतलब आवाज आती है पीछे कढ़िए पकौड़े काढ़ के भी तेल बिजली के खंभे ते ना चाड़ो वेल कोई रोटी खा के हाथ नहीं कदे भी चट्टी दे मित्रों पटोले पिंड चो नहीं पट्टी दे पैसे हाथ नहीं छटी दे कदे उत्ते चढ़ के धूल कोटी अति खा के डंग सारिए भाई साथ जी ना कदे ललकारा मारिए अच्छा पंजाब च अमृतसर गुरदासपुर तुम चल जाओ मैं भी उतों का गुरदासपुर मेरा जिला मैं माझे का मैं बहुत शर्म आती है कि साढ़े जिले च बहुत ज़्यादा नशा और इन्ना ज़्यादा बुरा हालत पंजाब का कि मारे चढ़ती कला च रखे पांच दरिया से पता नहीं कितने चल गए पर छेवां दरिया से इदा आया कि सुनामी आने वाली है जिन्हों ना रोकया गया था और एक गाना मैं लिख के लाया मैं बहुत जल्द रिकॉर्ड करा रहा मैंने बहुत जाने क्या कि पता नहीं की होगा मैं क्या होगा तो होगा फिर देखा होगा वो गाना सुने हो पहला जेड़ा इतने बोलता है सच मित्रों वैरी बन जाते लख मित्रों जेड़ा इतने बोलता है सच मित्रों वैरी बन जाते लख मित्रों जेड़ा झूठ दियां पंडा इतने बनता तो पौधा चिर उ दिखता हाँ सरकार ही पकाउंदियां ने चिट्टा ताई तां शरेआम वेखदा पैसा इना कठा पहलो करिया तो फिर भी क्यों नहीं टिकदा हा सरकार ही बकाउंदियां ने चिट्टा ताई तां शरेआम वेखदा भाई पीन वाले आनू कर दो फड़ी जाने हो और छेड़े बेच दे हो परी करी जाने हो आप पीन वाले आनू कर